Welcome to Health Plus Prom. Today we are going to SPS Hospitals Ludhiana, a unit of SGS Healthcare Limited. SPS Hospital is one of the pioneers of international standard healthcare in Punjab. SPS Hospitals provide the best medical treatment in a multi-super specialty infrastructure. 24/7 emergency and trauma, ambulance and intensive care system at SPS Hospitals guarantees the highest level of care and timely treatment. The hospital was accredited by ICI in 2007 and re-accredited in 2010, 2013 and 2016. SPS Hospitals is also accredited by NABH in 2021. In addition, the blood bank is NABH accredited and the labs are NABL accredited. SPS Hospitals have specialist and experienced doctors on board who aim to provide the best medical care using the latest technology and expertise. There are so much facilities in SPS Hospitals: 24/7 pharmacy, blood bank, ambulance, home sample collection, lab services, dialysis. Our team talked to the Dr. Amit Pansal and he gave us the detailed information about the SPS Hospital. Darshko Punjab Plus channel te tuhanu swagat hai. Ajj assi tuhanu milan ja rahe Dr. Amit Pansal ji de naal, jehde pichle lambe samay ton SPS Hospital de vich Ludhiane apne sewaan de rahe ne as a gastro and liver de jehde hage doctor ne. Doctor saab swagat hai tuhanu saade special show. Sat Sri Akaal ji, main Punjab Plus de sare darshakan da swagat karda ha te ਦੱਸੋ ਕੀ ਕਹਿਣਾ ਚਾਹੋਗੇ ਕਿ ਲਿਵਰ ਦੀਆਂ ਬਿਮਾਰੀਆਂ ਜਿਹੜੀਆਂ ਕਿ ਅੱਜ ਤੋਂ 10 ਕੁ ਸਾਲ ਪਹਿਲਾਂ ਜਿੱਦਾਂ ਹੈਪੇਟਾਈਟਿਸ ਬੀ ਸੀ ਨੇ ਬਹੁਤ ਵੱਡਾ ਜਿਹੜਾ ਹੈਗਾ ਇੱਕ ਜਾਨਲੇਵਾ ਜਿਹੜਾ ਹਮਲਾ ਪੰਜਾਬ ਦੇ ਮਾਲਵਾ ਰੀਜਨ 'ਤੇ ਕੀਤਾ ਸੀਗਾ, ਜਿਹੜਾ ਕਿ ਅੱਜ ਦੇ ਯੁੱਗ ਦੇ ਵਿੱਚ ਹੁਣ ਜਿਹੜਾ ਹੈਗਾ ਧੀਰੇ ਧੀਰੇ ਇਹਦਾ ਐਪੀਡੈਮਿਕ ਘੱਟ ਰਿਹਾ ਹੈਗਾ ਔਰ ਉਹ ਚੀਜ਼ਾਂ ਅੱਗੇ ਨਾਲੋਂ ਕਾਫੀ ਨਿਜ਼ਾਤ ਪਾ ਲਈ ਹੈਗੀ ਹੈ, ਕੀ ਕਹਿਣਾ ਚਾਹੋਗੇ? ਹੈਪੇਟਾਈਟਿਸ ਬੀ ਅਤੇ ਸੀ ਵਾਜ਼ ਦਾ ਮੇਨ ਮਤਲਬ ਮੇਨ ਕਾਰਨ ਸੀ ਲਿਵਰ ਦੀ ਬਿਮਾਰੀਆਂ ਦਾ ਅੱਜ ਤੋਂ 10-15 ਸਾਲ ਪਹਿਲਾਂ। ਇਹਦੇ ਉੱਤੇ ਪੰਜਾਬ ਸਰਕਾਰ ਦੀ ਮੈਡੀਸਨ ਫਰੀ ਸਪਲਾਈ ਕਰਨ ਦੀ ਸਕੀਮ ਦੇ ਨਾਲ ਤਾਂ ਕਾਫੀ ਹੱਦ ਤੱਕ ਇਸ ਬਿਮਾਰੀ 'ਤੇ ਹੁਣ ਕਾਬੂ ਪਾ ਲਿਆ ਗਿਆ, ਬਟ ਇਹਦੇ ਬਿਮਾਰੀ ਦੇ ਕਾਰਨ ਜੋ ਲਿਵਰ ਸਰੋਸਿਸ ਜਿਨ੍ਹਾਂ ਮਰੀਜ਼ਾਂ ਨੂੰ ਹੋਇਆ ਉਹ ਮਰੀਜ਼ ਹਲੇ ਵੀ ਕਾਫੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਪਾਏ ਜਾਂਦੇ ਹਨ ਅਤੇ ਉਹਨਾਂ ਦੀ ਲਿਵਰ ਸਰੋਸਿਸ ਦੀਆਂ ਕੰਪਲੀਕੇਸ਼ਨਸ ਦੇ ਨਾਲ ਅੱਜ ਵੀ ਸਾਡੇ ਕੋਲ ਕਾਫੀ ਮਰੀਜ਼ ਪ੍ਰੈਜੈਂਟ ਕਰਦੇ ਹਨ। ਅੱਜ ਕੱਲ੍ਹ ਜੋ ਲਿਵਰ ਦੀ ਬਿਮਾਰੀ ਦਾ ਸਭ ਤੋਂ ਮੇਨ ਕਾਰਨ ਦੇਖਣ 'ਚ ਆ ਰਿਹਾ ਹੈ ਉਹ ਮੋਟਾਪੇ ਦਾ ਜਾਂ ਲਿਵਰ ਦੇ ਵਿੱਚ ਚਰਬੀ ਜੰਮਣ ਕਰਕੇ ਜੋ ਲਿਵਰ 'ਤੇ ਨੁਕਸਾਨ ਹੋ ਰਿਹਾ ਉਹ ਇੱਕ ਵਰਲਡ ਦੇ ਵਿੱਚ ਐਪੀਡੈਮਿਕ ਰੂਪ ਧਾਰਨ ਕਰਦਾ ਜਾ ਰਿਹਾ ਹੈ, ਤੋ ਜੋ ਕਿ ਅੱਜ ਅਗਲੇ 10-15 ਸਾਲਾਂ ਦੇ ਵਿੱਚ ਲਿਵਰ ਦੀ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਬਣਨ ਜਾ ਰਿਹਾ ਹੈ। ਦੱਸੋ ਜਿੱਦਾਂ ਤੁਸੀਂ ਫੈਟੀ ਲੀਵਰ ਦੀ ਗੱਲ ਕਰ ਰਹੇ ਹੋ, ਫੈਟੀ ਲੀਵਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਅੱਜ ਪੇਸ਼ੈਂਟਸ ਵੱਧ ਰਹੇ ਨੋ ਡਾਊਟ, ਔਰ ਸਰੋਸਿਸ ਦੇ ਵਿੱਚ ਜਿਹੜੇ ਹੈਗੇ ਆ ਕਿਉਂਕਿ ਅੱਗੇ ਕੋਈ ਲੋਕ ਸ਼ਰਾਬ ਪੀਣ ਕਰਕੇ ਜਾਂਦੇ ਸੀ, ਅੱਜ ਤਲੀਆਂ ਚੀਜ਼ਾਂ ਖਾਣ ਕਾਰਨ ਔਰ ਜੰਕ ਫੂਡਸ ਦੇ ਕਾਰਨ ਇਹ ਚੀਜ਼ਾਂ ਹੋ ਰਹੀਆਂ, ਕੀ ਕਹਿਣਾ ਚਾਹੋਗੇ ਕਿ ਤੁਸੀਂ ਡਾਕਟਰਸ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਹੋ ਇਸ ਚੀਜ਼ ਨੂੰ ਅਵੋਇਡ ਕਰਨ ਦੀ, ਲੋਕਾਂ ਨੂੰ ਅਵੇਅਰ ਕਰਨ ਦੀ, ਲੇਕਿਨ ਜਿਸ ਤਰੀਕੇ ਦੇ ਨਾਲ ਜਿਸ ਤੇਜ਼ੀ ਦੇ ਨਾਲ ਲਿਵਰਸ ਦਾ ਸਾਈਜ਼ ਵੱਧ ਰਿਹਾ ਹੈਗਾ ਔਰ ਪਹਿਲੀ ਦੂਜੀ ਸਟੇਜ ਦਾ ਮੇਰਾ ਖਿਆਲ ਤਕਰੀਬਨ ਜਿਹੜਾ ਬੰਦਾ ਚੱਕਰਾਂ ਦਾ ਉਹੀ ਹੈਗਾ ਔਰ ਥਰਡ ਫੋਰਥ ਸਟੇਜ ਵਾਲਿਆਂ ਨੂੰ ਵੀ ਨਹੀਂ ਪਤਾ ਚੱਲਦਾ ਔਰ ਉਦੋਂ ਹੀ ਪਤਾ ਚੱਲਦਾ ਜਦੋਂ ਪੂਰੀ ਤਰ੍ਹਾਂ ਨਾਲ ਆਪਾਂ ਨੁਕਸਾਨ ਕਰ ਬੈਠਦੇ। ਅੱਜ ਦੇ ਯੁੱਗ ਦੇ ਵਿੱਚ ਆਪਣਾ ਜੋ ਖਾਣ ਪੀਣ ਹੈ ਔਰ ਜੋ ਆਪਣਾ ਲਾਈਫ ਸਟਾਈਲ ਹੈ, ਆਪਣਾ ਸਾਰਿਆਂ ਦਾ ਹੀ ਫਿਜ਼ੀਕਲ ਐਕਟੀਵਿਟੀ ਬਹੁਤ ਘੱਟ ਗਈ ਹੈ ਅਤੇ ਖਾਣ ਪੀਣ ਦੇ ਵਿੱਚ ਪ੍ਰੋਸੈਸਡ ਡਾਈਟਸ, ਸ਼ੂਗਰੀ ਫੂਡਸ, ਹਾਈ ਕੈਲਰੀ ਫੂਡਸ, ਹਾਈ ਫੈਟ ਫੂਡਸ ਦਾ ਇਨਟੇਕ ਬਹੁਤ ਵੱਧ ਗਿਆ ਹੈ। ਇਸ ਦੇ ਕਾਰਨ ਆਲਮੋਸਟ 70% ਪਾਪੂਲੇਸ਼ਨ ਦੇ ਵਿੱਚ ਫੈਟੀ ਲਿਵਰ ਦਾ ਪਾਇਆ ਜਾਣਾ ਇੱਕ ਕਾਮਨ ਹੈ, ਬਟ ਉਹਨਾਂ ਦੇ ਵਿੱਚੋਂ ਕੁਝ ਪਰਸੈਂਟ ਮਰੀਜ਼ ਹੁੰਦੇ ਨੇ ਜਿਹੜੇ ਕਿ ਇਸ ਤੋਂ ਅਗਲੀ ਸਟੇਜ ਦੇ ਵਿੱਚ ਜਿਸ 'ਚ ਕਿ ਲਿਵਰ ਫਾਈਬਰੋਸਿਸ ਹੁੰਦਾ ਹੈ ਉਹਦੇ ਵੱਲ ਪ੍ਰੋਗਰੈਸ ਕਰਦੇ ਹਨ, ਅਤੇ ਇਹੀ ਮਰੀਜ਼ ਹੁੰਦੇ ਹਨ ਜਿਨ੍ਹਾਂ ਵਿੱਚ ਫੈਟੀ ਲਿਵਰ ਦੇ ਕਾਰਨ ਨੁਕਸਾਨ ਪਾਇਆ ਜਾਂਦਾ ਹੈ। ਸੋ ਇਹਨਾਂ ਮਰੀਜ਼ਾਂ ਨੂੰ ਸਕਰੀਨ ਕਰਨ ਦੀ ਬਹੁਤ ਗੰਭੀਰ ਜ਼ਰੂਰਤ ਹੈ ਤਾਂ ਕਿ ਉਹਨਾਂ ਨੂੰ ਅਰਲੀ ਸਟੇਜ 'ਤੇ ਪਕੜਿਆ ਜਾ ਸਕੇ ਅਤੇ ਅਰਲੀ ਸਟੇਜ 'ਤੇ ਉਹਨਾਂ ਦੇ ਵਿੱਚ ਇਫੈਕਟਿਵ ਆਪਾਂ ਇੰਟਰਵੈਂਸ਼ਨਸ ਲੈ ਸਕੀਏ ਤਾਂ ਕਿ ਉਹ ਅੱਗੇ ਪ੍ਰੋਬਲਮ ਤੋਂ ਨਾ ਵਧਣ। ਤੁਸੀਂ ਕੀ ਕਹਿਣਾ ਚਾਹੋਗੇ ਕਿ ਫੈਟੀ ਲੀਵਰ ਦਾ ਜਿਹੜਾ ਕੰਫਰਮੇਟਰੀ ਟੈਸਟ ਹੈਗਾ ਉਹ ਅਲਟਰਾਸਾਊਂਡ ਹੈ ਜਾਂ ਕੋਈ ਲਿਵਰ ਦੇ ਟੈਸਟ ਹੈਗੇ ਆ, ਕੀ ਕਹਿਣਾ ਚਾਹੋਗੇ? ਫੈਟੀ ਲੀਵਰ ਦੇ ਸਕਰੀਨਿੰਗ ਵਾਸਤੇ ਅਲਟਰਾਸਾਊਂਡ ਇੱਕ ਬਹੁਤ ਗੁੱਡ ਮੋਡੈਲਿਟੀ ਹੈ ਜਿਹਦੇ ਵਿੱਚ ਆਪਾਂ ਫੈਟੀ ਲੀਵਰ ਨੂੰ ਸਕਰੀਨ ਕਰ ਸਕਦੇ ਹਾਂ, ਬਟ ਇਸ ਦੀ ਅੱਗੇ ਸਟੇਜਿੰਗ ਦੇਖਣ ਵਾਸਤੇ ਕਿ ਲਿਵਰ ਫਾਈਬਰੋਸਿਸ ਹੈ ਜਾਂ ਨਹੀਂ ਹੈ ਉਸ ਦੇ ਵਿੱਚ ਕੁਛ ਤਰ੍ਹਾਂ ਦੇ ਬਾਇਓਕੈਮੀਕਲ ਟੈਸਟ ਹੁੰਦੇ ਹਨ, ਪਲੱਸ ਸਭ ਤੋਂ ਇੰਪੋਰਟੈਂਟ ਜੋ ਹੈ ਉਹ ਫਾਈਬਰੋਸਕੈਨ ਨਾਂ ਦਾ ਟੈਸਟ ਆਉਂਦਾ ਹੈ ਜਿਸ ਦੇ ਵਿੱਚ ਆਪਾਂ ਲਿਵਰ ਫਾਈਬਰੋਸਿਸ ਦਾ ਚੈੱਕ ਕਰ ਸਕਦੇ ਹਾਂ। ਔਰ ਦੱਸਾਂ SPS ਹੋਸਪਿਟਲ ਜਿਹੜਾ ਕਿ ਵਰਲਡ ਕਲਾਸ ਫੈਸਿਲਿਟੀ ਨਾਲ ਲੈਸ ਹੈ, ਉੱਥੇ ਤੁਹਾਡੇ ਕੋਲ ਸਾਰੇ ਟੈਸਟ, ਸਾਰੇ ਐਂਡੋਸਕੋਪੀ, ਸਾਰਾ ਕੁਝ ਮਤਲਬ ਅਵੇਲੇਬਲ ਹੈਗਾ,
ਜਿਹਦੇ ਨਾਲ ਕਿ ਇੱਕ ਕੰਪਲੀਟ ਲਿਵਰ ਜਿਹੜਾ ਹੈਗਾ ਉਹ ਲਿਵਰ ਦਾ ਇੱਕ ਕੇਂਦਰ ਹੈਗਾ ਆ। ਹਾਂਜੀ, ਐਸ ਪੀ ਐੱਸ ਹੋਸਪਿਟਲ ਦੇ ਵਿੱਚ ਸਾਡੇ ਕੋਲ ਫਾਈਬਰੋਸਕੈਨ, ਐਂਡੋਸਕੋਪੀ, ਕਲੋਨੋਸਕੋਪੀ, ERCP ਸਾਰੀਆਂ ਹੀ ਫੈਸਿਲਿਟੀਜ਼ ਅਵੇਲੇਬਲ ਹਨ, ਜਿਹਦੇ ਨਾਲ ਕਿ ਲਿਵਰ ਦੀ ਸਾਰੀ ਬਿਮਾਰੀਆਂ ਦਾ ਇਲਾਜ ਤਸੱਲੀ ਬਖਸ਼ ਤਰੀਕੇ ਨਾਲ ਪੂਰਾ ਜੋ ਵੀ ਉਸ ਮਰੀਜ਼ ਨੂੰ ਚਾਹੀਦਾ ਹੈ ਸਾਰੀ ਚੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਡਾਕਟਰ ਸਾਹਿਬ, ਤੁਸੀਂ ਸਾਨੂੰ ਸਮਾਂ ਦਿੱਤਾ, ਤੁਹਾਡਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਪੰਜਾਬ ਪਲੱਸ ਦੇ ਸਾਰੇ ਦਰਸ਼ਕਾਂ ਦਾ ਮੈਂ ਧੰਨਵਾਦ ਕਰਦਾ, ਜੋ ਕਿ ਇਸ ਲਿਵਰ ਦੀ ਬਿਮਾਰੀਆਂ ਦੇ ਬਾਰੇ ਇਸ ਆਪਾਂ ਉਹਨਾਂ ਨੂੰ ਜਾਗਰੂਕ ਕਰ ਸਕੀਏ ਅਤੇ ਅੱਗਿਓਂ ਆਪਣੀ ਉਹ ਸਿਹਤ ਵਾਸਤੇ ਧਿਆਨ ਰੱਖ ਸਕਣ। ਲੋਹੜੀ ਦੇ ਤਿਉਹਾਰ 'ਤੇ ਮੈਂ ਸਭ ਨੂੰ ਲੋਹੜੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਸਤਿ ਸ਼੍ਰੀ ਅਕਾਲ।